ਪਟਿਆਲਾ ਪੁਲਿਸ ਨੂੰ ਗੈਂਗਸਟਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ। ਇੱਕ ਜਿਹੜਾ ਗੈਂਗਸਟਰ ਹੈ ਉਹਦਾ ਇਨਕਾਊਂਟਰ ਹੋਇਆ ਹੈ, ਗੰਭੀਰ ਹਾਲਤ 'ਚੋਂ ਜ਼ਖਮੀ ਹੈ। ਪਹਿਲਾਂ ਮੈਂ ਉਹ ਜਗ੍ਹਾ ਦਿਖਾ ਦਿਆਂ ਜਿੱਥੇ ਪਟਿਆਲਾ CIA ਸਟਾਫ ਅਤੇ ਕੋਤਵਾਲੀ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ। ਮੌਕੇ ਦੀਆਂ ਤਸਵੀਰਾਂ ਨੇ, ਤੁਸੀਂ ਦੇਖੋ ਕਿ ਜਿਹੜਾ ਉਹਦਾ ਪਿਸਟਲ ਹੈ ਉਹ ਵੀ ਘਟਨਾ ਸਥਾਨ ਦੇ ਉੱਪਰ ਮੌਜੂਦ ਹੈ। ਉੱਥੇ ਪਏ ਅਤੇ ਜਿਹੜੀ ਪੁਲਿਸ ਪਾਰਟੀ ਹੈ ਪੂਰੀ ਟੀਮ ਇੱਥੇ ਮੌਜੂਦ ਹੈ। ਖੁਦ SPD ਯੋਗੇਸ਼ ਸ਼ਰਮਾ ਸਾਡੇ ਨਾਲ ਮੌਜੂਦ ਨੇ, ਗੱਲ ਕਰ ਲੈਂਦੇ। ਸ਼ਰਮਾ ਜੀ, ਕੌਣ ਗੈਂਗਸਟਰ ਸੀ, ਕਿੰਨਾ ਕੁ ਵੱਡਾ ਇਹ ਗੈਂਗਸਟਰ ਸੀ ਅਤੇ ਕਿੰਨੀਆਂ ਕੁ ਵਾਰਦਾਤਾਂ 'ਚ ਸ਼ਾਮਿਲ ਸੀ? ਇਹ ਪੁਨੀਤ ਨਾਮ ਦਾ ਵਿਅਕਤੀ ਹੈ ਜੀ, ਗੋਲਾ ਵੀ ਕਹਿੰਦੇ ਇਹਨੂੰ। ਇਹ ਪਟਿਆਲਾ ਪੁਲਿਸ ਨੂੰ ਵਾਂਟਡ ਸੀਗਾ, ਜੋ ਤੇਜਪਾਲ ਦਾ ਮਰਡਰ ਹੋਇਆ ਸੀਗਾ ਉਹਦੇ ਵਿੱਚ। ਅਤੇ ਇਸ ਤੋਂ ਇਲਾਵਾ ਇਹ ਇੱਕ ਇਨਫੇਮਸ ਜੋ ਮੁਹਾਲੀ ਦੇ ਵਿੱਚ ਫਿੰਗਰ ਚੋਪਿੰਗ ਕਾਂਡ ਹੋਇਆ ਸੀਗਾ ਉਹਦੇ ਵਿੱਚ ਵੀ ਇਹ ਅਕਿਊਜ਼ਡ ਹੈ ਜੀ। ਅਤੇ ਇਸ ਤੋਂ ਇਲਾਵਾ 15 ਟੋਟਲ ਮੁਕੱਦਮੇ ਦੇ ਵਿੱਚ ਲੁੱਟਾਂ ਖੋਹਾਂ ਦੇ, ਮਰਡਰ ਦੇ, ਅਟੈਂਪਟ ਟੂ ਮਰਡਰ ਦੇ ਦਰਜ ਨੇ, ਜਿਨ੍ਹਾਂ ਦੇ ਵਿੱਚੋਂ 5-6 ਮੁਕੱਦਮਿਆਂ ਦੇ ਵਿੱਚ ਇਹ ਭਗੌੜਾ ਹੈਗਾ, ਵਾਂਟਡ ਹੈ, ਜਿਹਨਾਂ ਵਿੱਚ ਅਰੈਸਟ ਪੈਂਡਿੰਗ ਹੈ। ਤਾਂ ਇਹ ਆਪਣੇ ਆਪ ਨੂੰ ਐਸੋਸੀਏਟ ਕਰਦਾ ਸੀ ਰਾਜੀਵ ਰਾਜਾ ਗੈਂਗ ਦੇ ਨਾਲ ਜੀ। ਸਰ, ਕਿਸ ਤਰ੍ਹਾਂ ਇਨਪੁੱਟ ਮਿਲੀ ਸੀ CIA ਨੂੰ ਅਤੇ ਕੋਤਵਾਲੀ ਪੁਲਿਸ ਨੂੰ ਕਿ ਇਸ ਏਰੀਏ 'ਚ, ਇਸ ਏਰੀਏ 'ਚ ਕਿਹੜੀ ਘਟਨਾ ਨੂੰ ਕੋਈ ਅੰਜਾਮ ਦੇਣ ਦੇ ਲਈ ਆ ਰਿਹਾ ਸੀ ਜਾਂ ਕਿਤੇ ਹੋਰ ਕੋਈ ਇਹਨੇ ਅੱਗੇ ਜਾਣਾ ਸੀਗਾ? ਬੇਸਿਕਲੀ ਜਦੋਂ ਮਰਡਰ ਹੋਇਆ ਤਾਂ ਉਸ ਤੋਂ ਬਾਅਦ ਹੀ ਜਿਹੜੀਆਂ ਇਹਨੂੰ ਟੀਮਸ ਟਰੈਕ ਕਰ ਰਹੀਆਂ ਸੀਗੀਆਂ, ਬਟ ਇਹ ਐਸਕੇਪ ਕਰ ਰਿਹਾ ਸੀ ਕਿਸੇ ਤਰੀਕੇ ਨਾਲ। ਤੋ ਅੱਜ ਦੇ ਗੋਟ ਇਨ ਇਨਫੋਰਮੇਸ਼ਨ ਕਿ ਇਹ ਦੀ ਮੂਵਮੈਂਟ ਪਟਿਆਲਾ ਏਰੀਏ ਦੇ ਵਿੱਚ ਹੈਗੀ ਹੈ, ਸਪੈਸੀਫਿਕਲੀ ਇਸ ਏਰੀਆ ਦੇ ਵਿੱਚ ਹੈਗੀ ਹੈ। ਤਾਂ ਉਸ ਇਨਫੋਰਮੇਸ਼ਨ ਦੇ ਬੇਸ 'ਤੇ ਇਹਨੂੰ ਟਰੈਕ ਕੀਤਾ ਗਿਆ। ਤਾਂ ਇਹ ਵੀ ਇਨਪੁੱਟ ਸੀਗੀ ਕਿ ਇਹ ਪਟਿਆਲਾ ਦੇ ਵਿੱਚ ਕੁਛ ਹੋਰ ਕ੍ਰਿਮੀਨਲ ਵਿਅਕਤੀਆਂ ਨਾਲ ਮਿਲ ਕੇ ਕੋਈ ਵੱਡੀ ਵਾਰਦਾਤ ਇਹ ਕਰ ਸਕਦਾ। ਤਾਂ ਉਹ ਇਨਪੁੱਟਸ ਨੂੰ ਫੋਲੋ ਕਰਦੇ ਹੀ ਅੱਜ CIA ਪਟਿਆਲਾ ਅਤੇ ਕੋਤਵਾਲੀ ਪਟਿਆਲਾ ਨੂੰ ਵੱਡੀ ਸਫਲਤਾ ਮਿਲੀ ਹੈ। ਸ਼ਰਮਾ ਜੀ, ਕਿੰਨੀਆਂ ਗੋਲੀਆਂ ਲੱਗੀਆਂ ਨੇ ਅਤੇ ਜਿਹੜਾ ਪੂਰਾ ਇਲਾਕਾ ਸੁੰਨਸਾਨ ਇਲਾਕਾ ਹੈਗਾ, ਜਦੋਂ ਫਾਇਰਿੰਗ ਹੋਈ ਹੈ ਤਾਂ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਦੇ ਉੱਪਰ ਇਹਨੇ ਪਹਿਲਾਂ ਫਾਇਰਿੰਗ ਕੀਤੀ ਜਿਸ ਤਰ੍ਹਾਂ ਮੋਟਰਸਾਈਕਲ 'ਤੇ ਜਾ ਰਿਹਾ ਸੀ? ਯੈਸ, ਐਕਚੁਲੀ ਇਹਨੂੰ ਟੀਮਸ ਨੇ ਦੋਨੋਂ ਪਾਸੋਂ ਇੰਟਰਸੈਪਟ ਕਰ ਲਿਆ ਸੀਗਾ ਜੀ, ਇਹਦੀ ਮੂਵਮੈਂਟ ਰਿਸਟ੍ਰਿਕਟ ਕਰਦੀ ਸੀਗੀ। ਆਫਟਰ ਦੈਟ ਇਹਨੂੰ ਸਰੈਂਡਰ ਵਾਸਤੇ ਆਪਸ਼ਨ ਦਿੱਤੀ ਸੀ, ਬਟ ਇਹਨੇ ਸਰੈਂਡਰ ਕਰਨ ਦੀ ਬਜਾਏ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉੱਥੋਂ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। 3 ਫਾਇਰ ਇਹਦੇ ਜਿਹੜੇ ਖੋਲ ਸਾਨੂੰ ਇੱਥੇ ਮੌਕੇ 'ਤੇ ਮਿਲੇ ਆ, ਅਤੇ 3-4 ਫਾਇਰ ਇਹਨੇ ਕੀਤੇ ਹੈਗੇ ਆ, ਅਤੇ ਜਵਾਬੀ ਫਾਇਰ ਦੇ ਵਿੱਚ ਇਹਦੇ ਗੋਲੀਆਂ ਲੱਗੀਆਂ ਹੈਗੀਆਂ। ਸਰ, ਹੁਣ ਕਿੱਥੇ ਹੈ ਇਹ, ਕਿਹੜੇ ਹੋਸਪਿਟਲ 'ਚ, ਇਹਦੀ ਹਾਲਤ ਕਿਸ ਤਰ੍ਹਾਂ? ਇਹਨੂੰ ਰਜਿੰਦਰਾ ਹੋਸਪਿਟਲ 'ਚ ਐਡਮਿਟ ਕਰਵਾਇਆ ਜੀ, ਅਤੇ ਉਸ ਤੋਂ ਬਾਅਦ ਡਾਕਟਰਸ ਤੋਂ ਅਸੀਂ ਫੋਲੋ ਅਪ ਕਰ ਰਹੇ ਹੈਗੇ ਹਾਂ ਕਿ ਇਹਦੀ ਕੰਡੀਸ਼ਨ ਕੀ ਹੈਗੀ ਹੈ। ਸ਼ਰਮਾ ਜੀ, ਕੀ ਲੱਗਦਾ ਜਿਸ ਤਰ੍ਹਾਂ ਪਹਿਲਾਂ ਵੀ ਪਟਿਆਲਾ ਪੁਲਿਸ ਨੇ ਬਨੂੜ ਦੇ ਵਿੱਚ ਬਦਮਾਸ਼ ਨੂੰ ਫੜਿਆ ਸੀ ਇਨਕਾਊਂਟਰ ਤੋਂ ਬਾਅਦ, ਅਤੇ ਹੁਣ ਇਹ ਜਿਹੜਾ ਨਵਾਂ ਇੱਕ ਗੈਂਗਸਟਰ ਹੋਰ ਫੜਿਆ ਗਿਆ, ਕੀ ਲੱਗਦਾ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜਾਂ ਆਪਣਾ ਕਿ ਗੈਂਗ ਦੇ ਨਾਲ ਕੋਈ ਜੋੜ ਤੋੜ ਕਰਨ ਦੇ ਲਈ ਪਟਿਆਲਾ ਦੇ ਵਿੱਚ ਆਇਆ ਸੀ ਕਿ ਪੁਲਿਸ ਦੇ ਨਾਲ ਇਹਦਾ ਇਨਕਾਊਂਟਰ ਹੋ ਗਿਆ? ਬੇਸਿਕਲੀ ਇਹ ਕ੍ਰਿਮੀਨਲ ਵਿਅਕਤੀ ਹੈ ਜੀ, 15 ਇੱਥੇ ਆਲਰੇਡੀ ਪਰਚੇ ਦਰਜ ਨੇ, ਪਟਿਆਲਾ ਪੁਲਿਸ ਨੂੰ ਵਾਂਟਡ ਹੈ, ਹੋਰ ਵੀ ਕਈ ਜ਼ਿਲ੍ਹਿਆਂ ਦੀ ਪੁਲਿਸ 'ਚ ਇਹ ਵਾਂਟਡ ਹੈਗਾ, ਗੈਂਗਸਟਰਾਂ ਨਾਲ ਐਸੋਸੀਏਟ ਆਪਣੇ ਆਪ ਨੂੰ ਕਰਦਾ। ਬਟ ਪਟਿਆਲਾ ਪੁਲਿਸ ਦੀ ਕਲੀਅਰ ਕੱਟ ਪੋਲਿਸੀ ਹੈ, ਐਜ਼ ਪਰ ਡਾਇਰੈਕਸ਼ਨਸ ਆਫ CM ਪੰਜਾਬ, DGP ਪੰਜਾਬ ਐਂਡ DIG ਪਟਿਆਲਾ ਰੇਂਜ, ਸਾਡੇ SSP ਸਾਹਿਬ ਦੀ ਕਮਾਂਡ ਦੇ ਹੇਠ ਪੁਲਿਸ ਚੰਗਾ ਪੂਰੀ ਤਰ੍ਹਾਂ ਦਾ ਸੁਚੇਤ ਹੈ, ਐਕਟਿਵ ਹੈ, ਪ੍ਰੋਐਕਟਿਵ ਹੈ ਕਿ ਕਿਸੇ ਵੀ ਤਰੀਕੇ ਨਾਲ ਕੋਈ ਵੀ ਕ੍ਰਿਮੀਨਲ ਵਿਅਕਤੀ ਅਗਰ ਕੋਈ ਐਸੀ ਘਟਨਾ ਨੂੰ ਅੰਜਾਮ ਦੇਗਾ ਜਾਂ ਮਾਹੌਲ ਖਰਾਬ ਦੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹਦੇ ਨਾਲ ਸਖਤੀ ਨਾਲ ਡੀਲ ਕੀਤਾ ਜਾਏਗਾ। ਸਰ, ਪਿਸਟਲ ਕਿਹੜਾ ਮਿਲਿਆ, ਇੱਕੇ ਹੈ ਜਾਂ ਕੋਈ ਹੋਰ ਵੀ ਹਥਿਆਰ ਸੀ ਇਹਦੇ ਕੋਲ? ਇਹਦੇ ਕੋਲ ਇੱਕੋ ਹੀ ਵੈਪਨ ਜਿਹੜਾ ਹਜੇ ਤੱਕ ਮਿਲਿਆ ਹੈਗਾ, ਜਿਹਦੇ ਨਾਲ ਇਹਨੇ ਫਾਇਰ ਕੀਤਾ, 32 ਬੋਰ ਦਾ ਪਿਸਟਲ ਹੈ, ਦੇਸੀ ਪਿਸਟਲ ਹੈ। ਅਤੇ ਉਸ ਤੋਂ ਬਾਅਦ ਫਰਦਰ ਇਹਨੂੰ ਜਦੋਂ ਅੱਗੇ ਹੋਸਪਿਟਲ 'ਚੋਂ ਬਾਅਦ ਇਹਦੀ ਪੁੱਛਗਿੱਛ ਕਰਾਂਗੇ ਤਾਂ ਅਕੋਰਡਿੰਗਲੀ ਹੋਰ ਅਪਡੇਟ ਮਿਲੇਗੀ। ਸੋ ਯੋਗੇਸ਼ ਸ਼ਰਮਾ ਨੇ, SPD ਜਿਹੜੇ ਮੌਕੇ 'ਤੇ ਪਹੁੰਚੇ ਨੇ, ਪੂਰੀ ਜਿਹੜੀ ਟੀਮ ਹੈ ਤੁਹਾਨੂੰ ਇੱਕ ਵਾਰੀ ਦਿਖਾ ਦਈਏ। ਸ਼ਮਿੰਦਰ ਸਿੰਘ ਨੇ ਜਿਹੜੇ CIA ਇੰਚਾਰਜ ਨੇ, ਹਰਜਿੰਦਰ ਸਿੰਘ ਢਿੱਲੋਂ ਨੇ ਕੋਤਵਾਲੀ ਇੰਚਾਰਜ, ਜਿਨ੍ਹਾਂ ਦੀ ਪੂਰੀ ਟੀਮ ਦੇ ਵੱਲੋਂ ਇਸ ਘਟਨਾ ਨੂੰ ਪੂਰਾ ਕੀਤਾ ਗਿਆ। ਤੁਸੀਂ ਇੱਕ ਵਾਰੀ ਫਿਰ ਦੇਖੋ ਕਿ ਇਹ ਬੜਾ ਜਿਹੜਾ ਰਸਤਾ ਹੈਗਾ ਸੁੰਨਸਾਨ ਇਲਾਕਾ ਹੈਗਾ, ਅਤੇ
ਸਨੌਰ ਤੋਂ ਇੱਕ ਜਿਹੜੀ ਲਿੰਕ ਰੋਡ ਜਾਂਦੀ ਹੈ, ਜੰਗਲ ਟਾਈਪ ਇਲਾਕਾ ਹੈਗਾ, ਉੱਥੋਂ ਇਹ ਜਿਹੜਾ ਗੈਂਗਸਟਰ ਹੈ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਜੇ ਵੀ ਜਿਹੜੇ ਖੂਨ ਦੇ ਨਿਸ਼ਾਨ ਨੇ ਇਸ ਜਗ੍ਹਾ ਦੇ ਉੱਪਰ ਪਏ ਨੇ, ਅਤੇ ਉਹ ਜਿਹੜਾ 32 ਬੋਰ ਦਾ ਦੇਸੀ ਪਿਸਟਲ ਹੈ ਉਹ ਵੀ ਮੌਜੂਦ ਹੈ। ਪੂਰੀ ਪੁਲਿਸ ਪਾਰਟੀ ਇੱਥੇ ਮੌਜੂਦ ਹੈ, ਜਿਨ੍ਹਾਂ ਦੇ ਵੱਲੋਂ ਬਾਕੀ ਜਿਹੜੀ ਕਾਨੂੰਨੀ ਪ੍ਰਕਿਰਿਆ ਹੈਗੀ ਉਸ ਨੂੰ ਪੂਰਾ ਕੀਤਾ ਗਿਆ, ਅਤੇ ਉਸ ਗੈਂਗਸਟਰ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ।